ਪੰਜਾਬ ਪੁਲਿਸ ਵੱਲੋਂ ਨਸ਼ਿਆਂ ਅਤੇ ਗੈਂਗਸਟਰਾਂ ਦੇ ਖਿਲਾਫ ਚਲਾਈ ਹੋਈ ਮੁਹਿੰਮ ਨੂੰ ਅੱਜ ਗੁਰਦਾਸਪੁਰ ਵੱਲੋਂ ਪੁਲਿਸ ਵੱਲੋਂ ਵੱਡਾ ਹੁੰਗਾਰਾ ਮਿਲਿਆ, ਜਿਸ ਵਿੱਚ ਅਸੀਂ ਵੱਖ ਵੱਖ ਦੋ ਮੁਲਜ਼ਮ ਜਿਹੜੇ ਅਰੈਸਟ ਕੀਤੇ ਆ। ਰਜੇਸ਼ ਕੁਮਾਰ ਉਰਫ ਗੁੱਗੂ ਨੂੰ ਅਸੀਂ ਨਾਕੇ ਤੋਂ ਅਰੈਸਟ ਕੀਤਾ। ਇਹਦੇ ਵਿੱਚੋਂ ਇਹਦੀ ਤਲਾਸ਼ੀ ਲੈਣ 'ਤੇ ਇਹਦੇ ਕੋਲੋਂ ਇੱਕ ਕੱਟਾ, ਦੇਸੀ ਕੱਟਾ, ਚਾਰ ਜਿਹੜੇ ਜਿੰਦਾ ਰੌਦ ਅਤੇ ਇੱਕ 32 ਬੋਰ ਦਾ ਜਿਹੜਾ ਪਿਸਟਲ ਆ, ਦੋ ਮੈਗਜ਼ੀਨ ਅਤੇ 11 ਕਾਰਤੂਸ ਜਿਹੜੇ ਇਹਦੇ ਕੋਲੋਂ ਮਿਲੇ ਆ, ਅਤੇ 2 ਗ੍ਰਾਮ ਜਿਹੜੀ ਹੈਰੋਇਨ ਇਹਦੇ ਕੋਲੋਂ ਮਿਲੀ ਆ। ਇਸੇ ਵਿੱਚ ਦੂਸਰਾ ਜਿਹੜਾ ਜ਼ੋਰਾਵਰ ਸਿੰਘ ਨੂੰ ਅਸੀਂ ਅਰੈਸਟ ਕੀਤਾ, ਇਹਦੇ ਵਿੱਚ ਇਹਦੇ ਕੋਲੋਂ 100 ਗ੍ਰਾਮ ਜਿਹੜੀ ਹੈਰੋਇਨ ਜਿਹੜੀ ਸਾਨੂੰ ਬਰਾਮਦ ਹੋਈ ਆ। ਅਤੇ ਇਹ ਕਾਫੀ ਵੱਡੇ ਲੈਵਲ ਦੇ ਜਿਹੜੇ ਸਮਗਲਰ ਆ, ਉਹਨਾਂ ਦਾ ਇਹਨਾਂ ਦੇ ਲਿੰਕ ਵੀ ਆ, ਉਹ ਅਸੀਂ ਅੱਗੇ ਇਨਵੈਸਟੀਗੇਸ਼ਨ 'ਚ ਲੈ ਕੇ ਆਉਂਦੇ ਹਾਂ। ਕਿਉਂ? ਅਤੇ ਇਹ ਜਿਹੜੇ ਪਿਸਟਲ ਆ, ਅਤੇ ਇਹ ਕਿੱਥੋਂ ਲੈ ਕੇ ਆਏ ਆ, ਇਹਨਾਂ ਨੇ ਕੀ ਵਾਰਦਾਤ ਕਰਨੀ ਸੀ, ਇਹ ਵੀ ਇਨਵੈਸਟੀਗੇਸ਼ਨ 'ਚ ਅਸੀਂ ਅੱਗੇ ਕਰ ਰਹੇ ਹਾਂ। ਇਹਨਾਂ ਨੂੰ ਕੋਈ ਰਿਮਾਂਡ ਲਿਆ ਸਰ ਇਹਨਾਂ ਦਾ? ਹਾਂਜੀ, ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਊਂਗੇ, ਉਸ ਤੋਂ ਬਾਅਦ ਇਹ ਗੱਲਾਂ ਲੈ ਕੇ ਆਉਂਗੇ ਇਨਵੈਸਟੀਗੇਸ਼ਨ। ਬਿਲਕੁਲ, ਇੱਕ ਦੇ ਉੱਪਰ 12 ਪਰਚੇ ਪਹਿਲਾਂ ਆ। ਕਿਹਦੇ ਉੱਪਰ ਜੀ? ਇਹ ਜਿਹੜਾ ਜ਼ੋਰਾਵਰ ਆ, ਇਹਦੇ ਖਿਲਾਫ ਜਿਹੜਾ ਪਹਿਲਾਂ 12 ਮੁਕੱਦਮੇ ਪਹਿਲਾਂ ਦਰਜ ਆ, ATM ਤੋੜਨ ਦੀ ਅਟੈਂਪਟ ਵੀ ਆ ਹਿਮਾਚਲ ਦੇ ਵਿੱਚ, ਅਤੇ ਬਾਕੀ ਇਹਦੇ ਨਸ਼ਿਆਂ ਦੇ ਖਿਲਾਫ ਜਿਹੜੇ ਇਹ ਵੱਡਾ ਗੈਂਗਸਟਰ। ਨਹੀਂ, ਫਿਲਹਾਲ ਨਹੀਂ ਆਈ ਇਹ ਕੋਈ ਗੱਲ ਇੱਦਾਂ ਦੀ। ਜਿਹੜੀ ਪਹਿਲਾਂ ਪਰਚੇ ਹੋਏ ਆ, NDPS ਦੇ ਪਰਚੇ ਹੋਏ ਇਹਦੇ ਖਿਲਾਫ, ਅਤੇ ਇੱਕ ATM ਜਿਹੜੀ ਹਿਮਾਚਲ 'ਚ ਇਹਨਾਂ ਨੇ ਅਟੈਂਪਟ ਕੀਤੀ ਆ, ਉਹ ਪਰਚਾ ਇਹਦੇ ਖਿਲਾਫ ਜਿਹੜਾ ਹੋਇਆ। ਬਾਕੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਹਜੇ, ਜੇ ਕੋਈ ਹੋਰ ਆਉਂਦੀ ਆ ਗੱਲ ਫਿਰ ਤੁਹਾਨੂੰ ਦੁਬਾਰਾ ਦੱਸੂਗੇ। ਸਾਡੇ ਰਹਿਣ ਵਾਲੇ ਕਿੱਥੋਂ ਦੇ ਆ ਜੀ? ਇਹ ਜਿਹੜਾ ਇਹ ਹੈਗਾ ਰਜੇਸ਼ ਕੁਮਾਰ ਉਫ ਗੱਗੂ, ਜਿਹੜਾ ਇਹ ਭੱਠਾ ਕਲੋਨੀ ਦਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਜਿਹੜਾ ਜ਼ੋਰਾਵਰ ਆ, ਜ਼ੋਰਾਵਰ ਉਰਫ ਜੋਲਾ ਇਹਨੂੰ ਕਹਿੰਦੇ ਆ, ਸਨ ਆਫ ਸਤਨਾਮ ਸਿੰਘ, ਇਹ ਵਰਸੋਲੇ ਪਿੰਡ ਦਾ ਰਹਿਣ ਵਾਲਾ ਜੀ। ਇਹ ਸਾਨੂੰ ਖੁਫੀਆ ਇਨਫੋਰਮੇਸ਼ਨ ਸੀ। ਅਸੀਂ ਟੀਮਾਂ, ਦੇਖੋ ਪੁਲਿਸ ਵੱਲੋਂ, DG ਸਾਹਿਬ ਵੱਲੋਂ, SSP ਸਾਹਿਬ ਵੱਲੋਂ ਇਹਨਾਂ ਦੇ ਖਿਲਾਫ, ਗੈਂਗਸਟਰਾਂ ਦੇ ਖਿਲਾਫ ਅਤੇ ਨਸ਼ਿਆਂ ਦੇ ਖਿਲਾਫ ਤਾਂ ਡੇਲੀ ਸਾਡੀਆਂ ਕੋਈ ਨਾ ਕੋਈ ਜਿਹੜੀ ਆ, ਤੁਸੀਂ ਦੇਖਦੇ ਹੋਣੇ, ਛੋਟੀਆਂ ਮੋਟੀਆਂ ਰਿਕਵਰੀਆਂ ਹੁੰਦੀਆਂ ਰਹਿੰਦੀਆਂ। ਹਮੇਸ਼ਾ ਪੁਲਿਸ ਜਿਹੜੀ ਐਕਟਿਵ ਰਹਿੰਦੀ ਇਹਨਾਂ ਦੇ, ਅਤੇ ਉਹੀ ਜਿਹੜੀ ਖੁਫੀਆ ਇਨਫੋਰਮੇਸ਼ਨ ਜਿਹੜੀ ਸਾਨੂੰ ਮਿਲੀ, ਉਹਦੇ 'ਚ ਅਸੀਂ ਨਾਕੇ ਲਾ ਕੇ, ਆਪਣੀਆਂ ਟੀਮਾਂ ਲਾ ਕੇ ਵੱਖ ਵੱਖ, ਅਤੇ ਉਹਦੇ 'ਚ ਇਹਨਾਂ ਨੂੰ ਨਾਕੇ 'ਤੇ ਅਰੈਸਟ ਕੀਤਾ, ਅਤੇ ਇਹਨਾਂ ਕੋਲੋਂ ਇਹ ਬਰਾਮਦਗੀ ਹੋਈ।